ਹੋਰ ਸੁਣਾ ਮਲੀਆ, ਘਰ ਸੁੱਖ ਸਾਂਦ ਠੀਕ ਠਾਕ ਆ? ਘਰੇ ਸੁੱਖ ਸਾਂਦ ਸੁਆਦ ਆ। ਕੀ ਗੱਲ ਹੋ ਗਈ? ਕੱਲ ਮੈਂ ਕੱਟਾ ਵੇਚਣ ਗਿਆ ਸੀ ਮੰਡੀ ਚ। ਕੱਟਾ ਵੇਚਦਾ? 150 ਰੁਪਏ ਦਾ ਕੱਟਾ ਵੇਚ ਗਿਆ। ਅੱਛਾ, ਉਹਦੇ ਹੀ ਬਸ ਮੇਰੇ ਮਗਰ ਡਾਕੂ ਮਗਰ ਲੱਗ ਲਏ। ਡਾਕੂ? ਜਦੋਂ ਮੈਂ ਘਰੇ ਆ ਕੇ ਪੈਸਿਆਂ ਦੀ ਢੇਰੀ ਲਾਈ ਸੀ, ਇਧਰ ਉਧਰ ਕਰ ਲੱਗਿਆ ਸੀ, ਬਸ ਉਦੋਂ ਹੀ ਆ ਕੇ ਚੋਰਾਂ ਨੇ ਮੇਰੇ ਉੱਪਰ ਛਾਪਾ ਮਾਰਤਾ। ਅੱਛਾ, ਮੈਨੂੰ ਕਹਿੰਦੇ ਗੱਲ ਸੁਣੋ ਭਜਨੇ ਆ, ਹਾਂ ਤੇ ਪੈਸੇ ਦੇਣੇ ਕਿ ਜਾਨ ਦੇਣੀ ਆ? ਨਾ, ਤੈਂ ਕੀ ਕਿਹਾ? ਮੈਂ ਕਿਹਾ ਜੀ ਐਂ ਕਰੋ ਵੀ ਜਾਨ ਹੀ ਲੈ ਲਓ, ਹਾਂ ਤੇ ਪੈਸੇ ਤਾਂ ਮੈਂ ਕਿਹਾ ਬੁੱਢੇ ਬਾਰੇ ਕੰਮ ਆਉਣਗੇ।
ਸਾਰ ਨਿਭਾਉ ਸੋਹਣਿਆ ਜਿਹੜੇ ਉਮਰਾਂ ਦੇ ਲਾਏ ਨੇ ਯਾਰਾਂ ਨੇ ਵੇ ਕੋਠੇ ਉੱਤੇ ਚੜ ਮਿੱਤਰਾ ਤੈਨੂੰ ਤੱਕਣਾ ਮੈਂ ਚੰਨ ਦੇ ਬਾਗਾਂ ਨੇ ਵੇ ਸੁਣ ਸੁਣ ਮੈਂ ਥੱਕ ਗਈ ਨਿੱਤ ਖਾਣ ਦੀਆਂ ਕੁੜੀਆਂ ਦੇ ਤਾਨੇ ਵੇ ਕੋਠੇ ਉੱਤੇ ਚੜ ਮਿੱਤਰਾ ਤੈਨੂੰ ਤੱਕਣਾ ਮੈਂ ਚੰਨ ਦੇ ਬਾਗਾਨੇ ਵੇ ਕੋਠੇ ਉੱਤੇ ਚੜ ਮਿੱਤਰਾ ਹਾਏ ਕੋਠੇ ਉੱਤੇ ਚੜ ਮਿੱਤਰਾ ਤੈਨੂੰ ਤੱਕਣਾ ਮੈਂ ਚੰਨ ਦੇ ਬਾਗਾਨੇ ਵੇ ਕੋਠੇ ਉੱਤੇ ਚੜ ਮਿੱਤਰਾ ਹਾਏ ਵੇ ਕੋਠੇ ਉੱਤੇ ਚੜ ਮਿੱਤਰਾ ਵੇ ਕੋਠੇ ਉੱਤੇ ਚੜ ਮਿੱਤਰਾ ਵੇ ਕੋਠੇ